ਕਿ ਜਿਹੜੇ ਵੇਲੇ ਐਟਮਿਕ ਪ੍ਰੋਗਰਾਮ ਕੋ ਨੂੰ ਥੀ ਤੇ ਵਾਪਸ ਆਇਆ ਅੱਛਾ ਸੀ ਔਰ ਅਸਾਂ ਸਾਰੇ ਬਾਲ ਦੇਖਾਂ ਦੁਬਾਰਾ ਦੇ ਖਾਣੇ ਦੀ ਟੇਬਲ ਤੇ ਆਨ ਬੈਠੋ ਸੇ ਤੁਸਾਂ ਬੋਲੇ ਛੋਟੇ ਆਵੇ ਛੋਟੇ ਜਿਹਾ ਸੀ ਅਸਾਂ ਕੀ ਹੋ ਸੋ ਸਾਡੇ ਕੋਈ 15 16 ਸਾਲ ਦੀ ਉਮਰ ਸੀ ਜਿਵੇਂ ਸੀ 18 ਨਹੀਂ ਅਸਾਂ ਚਿੰਨੇ ਕੇ ਮੈਚ ਕਰ ਕੇ ਦਾ ਦਾ 17 ਸਾਲ ਦੇ ਤਹਾਸ ਅੱਛਾ ਸੀ ਹਾਂ ਤੇ ਬਲਕਿ 18 ਸਾਲ ਦੇ ਆਸੇ ਸੀਨੀਅਰ ਕੇ ਮੈਂ 17 ਦੇ ਵਿੱਚ ਕੀਤਾ ਤੇ 17 18 19 ਸਾਲ ਦੇ ਆਸੇ ਤੇ ਉੱਥਾਂ ਜਨਾਬ ਖਾਣੇ ਦੇ ਟੇਬਲ ਤੇ ਬੈਠੇ ਹੁੰਦੇ ਬੇਨਜ਼ੀਰ ਸਾਹਿਬਾਂ ਨੇ ਸਾਨੂੰ ਪੁੱਛਿਆ ਆਪਣੇ ਬਾਬੇ ਕੋਲ ਕਿ ਪਾਪਾ ਤੁਹਾਡਾ ਟ੍ਰਿਪ ਕਿਵੇਂ ਰਿਹਾ ਤਾਂ ਮੈਂ ਆਖਿਆ ਕਿ ਟ੍ਰਿਪ ਤਾਂ ਬੜਾ ਅੱਛਾ ਰਿਹਾ ਪਰ ਮੈਂ ਇਤਨਾ ਛੋਟਾ ਮਹਿਸੂਸ ਕਰਦਾ ਜਿਹੜੇ ਮੈਂ ਇਹਨਾਂ ਨੂੰ ਠੀਕ ਮੰਗਦਾ ਪਿਆ ਹਾਂ ਆਪਣੇ ਮੁਲਕ ਵਾਸਤੇ ਔਰ ਮੈਂ ਜਾਣਦਾ ਹਾਂ ਕਿ ਮੈਂ ਅਗਰ ਚਾਹਵਾਂ ਤਾਂ ਇਹਨਾਂ ਨੂੰ ਦੋ ਦਿਹਾੜਿਆਂ ਦੇ ਅੰਦਰ ਕਾਬੂ ਕਰਨਾ ਮਗਰ ਮੇਰੇ ਕੋ ਬੜੀ ਮਤਲਬ ਮੇਰਾ ਦਿਲ ਖਰਾਬ ਥੀ ਵੀ ਇਹਨਾਂ ਕੋਲੋਂ ਠੀਕ ਮੰਗਦੇ ਹੋਏ ਸਹੀ ਮਗਰ ਮਜਬੂਰੀ ਆਈ ਪਾਕਿਸਤਾਨ ਵਾਸਤੇ ਮੈਂ ਕੋਈ ਕਰਨਾ ਪੈ ਗਿਆ ਅੱਛਾ ਔਰ ਪਾਕਿਸਤਾਨ ਦਾ ਬਕਾ ਦਾ ਮਸਲਾ ਇਹ ਥਾਂ ਅਗਰ ਆਪਾਂ ਨਾ ਬੜਾ ਉਸੇ ਤਾਂ ਅਸਾਂ ਬਿਲਕੁਲ ਇੰਡੀਆ ਖਾਬ ਸੀ ਤਾਂ ਔਰ ਉਹਦੀ ਵੈਸੇ ਇਹ ਪੇਸ਼ੈਂਟ ਕੋਈ ਤਾਂ ਬਿਲਕੁਲ ਹੀ ਚਾਹੀਏ ਸਹੀ ਹੈ ਜੇ ਅੱਜ ਸਾਡੇ ਕੋਲ ਅਗਰ ਐਟਮਿਕ ਬੰਬ ਨਾ ਹੁੰਦਾ ਹਾਂ ਵਾਕੀ ਇੰਡੀਆ ਸਾ ਕੋਈ ਜੋੜੀ ਨਾ ਬਣਾ ਜੋੜੀ ਕਹਿੰਦਾ ਕੋਈ ਮੁਲਕ ਨਾ ਬਣਾ ਜਾ ਜੋੜੀ ਨਾ ਬਣਾ ਬਿਲਕੁਲ ਤੁਹਾਡੀ ਕੋਈ ਵੈਲਿਊ ਹੀ ਕਹਿੰਦਾ ਵਾਕੀ ਇਹ ਹੁੰਦਾ ਹੈ ਕਦੀਮ ਕਰਨਾ ਡੈਫੀਨਿਟਲੀ ਕੋਈ ਇਹਦਾ ਕ੍ਰੈਡਿਟ ਵੈਸੀ ਔਰ ਸਲੂਟ